ਏ ਤੋਂ ਲੈ ਕੇ ਐਚ ਤੱਕ ਮੇਰੇ ਕੋਲ ਆਪਸ਼ਨ ਨੇ, ਮੇਰੇ ਕੋਲ ਚਾਰ ਚੀਜ਼ ਪੰਜ ਚੀਜ਼ਾਂ ਨੇ, ਕੈਸਲ ਦੇ ਬਾਰੇ ਇਨਫੋਰਮੇਸ਼ਨ ਹੈ, ਆਪਾਂ ਪੰਜ ਚੀਜ਼ਾਂ ਪੜ੍ਹਨੀਆਂ ਨੇ, ਗੱਲ ਖਤਮ। ਇਮੀਡੀਏਟਲੀ ਟੂ ਅਵਰ ਲੈਫਟ, ਜੇ ਸਾਡਾ ਮੂੰਹ ਇੱਧਰ ਹੈ ਤਾਂ ਰਾਈਟ ਹੈਂਡ ਸਾਡਾ ਇੱਧਰ ਹੈ, ਲੈਫਟ ਹੈਂਡ ਇੱਧਰ ਹੈ, ਤਾਂ ਇਮੀਡੀਏਟਲੀ ਸਾਡੇ ਲੈਫਟ 'ਤੇ ਕੀ ਹੈ? ਟੂਰਿਸਟ ਇਨਫੋਰਮੇਸ਼ਨ ਹੈ। ਚੁੱਪ ਕਰਕੇ ਮੇਰਾ ਐਂਸਰ ਆਇਆ। ਜੇ ਤੁਸੀਂ ਕੁਛ ਵੀ ਪੁੱਛਣਾ ਇੱਥੇ ਜਾ ਕੇ ਪੁੱਛੋ। ਕਾਰ ਪਾਰਕ ਦੱਸੋ ਕਿੱਥੇ ਹੈ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕਿਵੇਂ ਹੋ? ਠੀਕ ਠਾਕ ਹੋ? ਰਾਜੀ ਖੁਸ਼ੀ। ਅੱਜ ਦਾ ਵੀਡੀਓ ਆਇਲਸ ਲਿਸਨਿੰਗ ਦਾ ਬਿਲਕੁਲ ਨਵਾਂ ਮੈਪ ਪੜ੍ਹਾਉਣ ਲੱਗਿਆ। ਅੱਜ ਤੱਕ ਮੈਂ ਕਦੇ ਉਹ ਮੈਪ ਨਹੀਂ ਪੜ੍ਹਾਇਆ, ਅਤੇ ਮੈਂ ਉਮੀਦ ਕਰੂੰਗਾ ਕਿ ਮੈਂ ਤੁਹਾਨੂੰ ਵਨ ਬਾਏ ਵਨ ਹਰ ਇੱਕ ਛੋਟੀ ਵੱਡੀ ਹਰ ਇੱਕ ਚੀਜ਼ ਕਲੀਅਰ ਕਰੂੰਗਾ। ਅਤੇ ਇੱਕ ਗੱਲ ਦਿਮਾਗ 'ਚ ਰੱਖ ਲਓ, ਜਿਹੜੇ ਬੱਚਿਆਂ ਨੂੰ ਆਇਲਸ ਰਾਈਟਿੰਗ ਮੋਡਿਊਲ ਦੀ ਸਭ ਤੋਂ ਵੱਡੀ ਪ੍ਰੋਬਲਮ ਸੀ, ਉਹਨੂੰ ਸੋਲਵ ਕਰਨ ਦੇ ਲਈ ਮੈਂ ਆਪਦੀ ਹੈਂਡ ਰਿਟਨ ਇੱਕ ਬੁੱਕ ਬਣਾਈ ਆ, ਜਿਹੜੀ ਮਾਰਚ ਤੋਂ ਲੈ ਕੇ ਜੂਨ ਤੱਕ ਤੁਹਾਨੂੰ ਸਾਰਿਆਂ ਨੂੰ ਕੰਸਰਨ ਕਰੇਗੀ, ਅਤੇ ਜੂਨ ਤੋਂ ਬਾਅਦ ਮੇਰੀ ਬੁੱਕ ਨੰਬਰ 2 ਵੀ ਆ ਜਾਏਗੀ। ਅਤੇ ਬੁੱਕ ਦੇ ਵਿੱਚ ਕੀ ਆ, ਮੈਂ ਬਣਾਈ ਕਿਵੇਂ ਆ, ਮੇਰੇ ਚੈਨਲ ਦੇ ਉੱਤੇ ਜਾਓ ਰਮਨ ਆਇਲਸ 'ਤੇ, ਅਤੇ ਆਹ ਵੀਡੀਓ ਜ਼ਰੂਰ ਦੇਖਿਓ ਜਿਹ 'ਚ ਮੈਂ ਆਇਲਸ ਰਾਈਟਿੰਗ ਦਾ ਬੁੱਕ ਦਿੱਤਾ, ਕਿੱਥੋਂ ਮਿਲੂਗਾ, ਹਰ ਇੱਕ ਚੀਜ਼ ਨੂੰ ਕੰਸਰਨ ਕੀਤਾ, ਅਤੇ 100 ਰੁਪੀਜ਼ ਇਸ ਬੁੱਕ ਦਾ ਪ੍ਰਾਈਜ਼ ਰੱਖਿਆ, ਤਾਂ ਕਿ ਹਰ ਇੱਕ ਬੱਚਾ ਇਹਨੂੰ ਅਫੋਰਡ ਕਰੇ। 72 ਐਸੇਜ਼ ਨੇ ਮੇਰੇ ਲਿਖੇ ਹੋਏ, ਟੈਂਪਲੇਟ ਮਤਲਬ ਐਸੇ ਰਿਟਨ, ਸਟਰਕਚਰ, ਲਿੰਕਿੰਗ ਵਰਡ, ਮਤਲਬ ਬੜਾ ਕੁਛ ਮਿਲੂਗਾ। ਇਹ ਬੁੱਕ ਨੂੰ ਜਾ ਕੇ ਜ਼ਰੂਰ ਦੇਖਿਓ, ਤੁਹਾਡੀ ਲਾਈਫ ਚੇਂਜਿੰਗ ਬੁੱਕ ਹੋਏਗੀ, ਰੱਟਾ ਮਾਰਨ ਵਾਲੀ ਬੁੱਕ ਨਹੀਂ ਹੋਏਗੀ। ਚਲੋ ਜੀ, ਅੱਜ ਦਾ ਮੈਂ ਤੁਹਾਨੂੰ ਕਰਾਉਣ ਲੱਗਿਆ ਮੈਪ। ਅਤੇ ਮੈਪ ਦੀ ਸਭ ਤੋਂ ਵੱਡੀ ਖਾਸੀਅਤ ਕੀ ਹੈਗੀ ਕਿ ਮੈਨੇ ਏ ਤੋਂ ਲੈ ਕੇ ਐਚ ਤੱਕ ਮੇਰੇ ਕੋਲ ਆਪਸ਼ਨ ਨੇ, ਮੇਰੇ ਕੋਲ ਚਾਰ ਚੀਜ਼ ਪੰਜ ਚੀਜ਼ਾਂ ਨੇ, ਟੂਰਿਸਟ ਇਨਫੋਰਮੇਸ਼ਨ, ਕਾਰ ਪਾਰਕ, ਮਿਊਜ਼ੀਅਮ, ਪਿਕਨਿਕ ਏਰੀਆ ਅਤੇ ਗਿਫਟ ਸ਼ੋਪ। ਓਕੇ, ਮੈਂ ਇਹ ਪੰਜ ਕੁਸ਼ਚਨ ਕਰਨੇ ਆ। ਮੇਰੇ ਕੋਲ ਲੋਕੇਸ਼ਨ ਦੇ ਲਈ ਆਹ ਐਂਟਰੈਂਸ ਹੈ, ਇਹ ਨੌਰਥ ਬ੍ਰਿਜ ਆ, ਸਾਊਥ ਬ੍ਰਿਜ ਆ, ਇਹ ਮੌਟ ਕੁਛ ਹੈ, ਇਹ ਕੈਸਲ ਹੈ, ਡੀਅਰ ਪਾਰਕ ਹੈ, ਆਈਸ ਕ੍ਰੀਮ ਹੈ, ਅਤੇ ਇਹ ਐਗਜ਼ਿਟ ਹੈ। ਬਸ ਕਿਵੇਂ ਕਰਾਂਗੇ ਹਮ, ਨੀਚੇ ਵਰਡਸ ਨੇਗੀਆਂ, ਹੈ ਨਾ। ਚਲੋ ਦੇਖਦੇ ਹਾਂ ਕਿੰਨੇ ਕੁਸ਼ਚਨ ਸਹੀ ਜਾਂਦੇ ਆ, ਅਤੇ ਕੋਸ਼ਿਸ਼ ਤੁਸੀਂ ਵੀ ਕਰੀਓ ਨਾਲ ਨਾਲ ਕਿ ਰਮਨ ਸੋਲਵ ਅਸੀਂ ਵੀ ਕਰੀਏ, ਅਤੇ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਮੈਂ ਚੰਗਾ ਪੜ੍ਹਾਵਾਂ। ਅਤੇ ਇਹਨੂੰ ਥੋੜ੍ਹਾ ਜਿਹਾ ਛੋਟੂ ਕਰ ਲੈਂਦੇ ਹਾਂ, ਤੱਕ ਕੇ ਯੈਸ, ਠੀਕ ਹੈ, ਆਪਾਂ ਇਹਨੂੰ ਇੱਥੇ ਰੱਖ ਲੈਂਦੇ ਹਾਂ। ਚਲੋ ਦੇਖੀਏ ਕੀ ਕੁਸ਼ਚਨ ਹੈ, ਠੀਕ ਹੈ। ਵੈਲਕਮ ਟੂ ਬੈਸਲੀ ਕੈਸਲ, ਇਟਸ ਨਾਈਸ ਟੂ ਸੀ ਸੋ ਮੈਨੀ ਆਫ ਯੂ ਹੇਅਰ ਟੂਡੇ। ਬਿਫੋਰ ਵੀ ਗੋ ਇਨ, ਆਈਡ ਲਾਈਕ ਟੂ ਟੈਲ ਯੂ ਸਮ ਇਨਫੋਰਮੇਸ਼ਨ ਅਬਾਊਟ ਦ ਕੈਸਲ। ਕੈਸਲ ਦੇ ਬਾਰੇ ਇਨਫੋਰਮੇਸ਼ਨ ਹੈ, ਆਪਾਂ ਪੰਜ ਚੀਜ਼ਾਂ ਪੜ੍ਹਨੀਆਂ ਨੇ, ਗੱਲ ਖਤਮ। ਦ ਥਿੰਗਸ ਟੂ ਸੀ ਐਂਡ ਡੂ ਐਂਡ ਦ ਫੈਸਿਲਿਟੀਜ਼ ਅਵੇਲੇਬਲ ਟੂ ਯੂ ਇਨ ਦ ਗਰਾਊਂਡਸ। We'll do our best to make this a truly memorable visit. Now, the castle grounds are quite big. Castle bahut vadda hai, is karke main tuhanu kuch ke information deni hai di. And we don't want you to get lost. Okay. So I'm going to give you an idea of the layout. At the moment, we are at the entrance. Asi kithe hai is time entrance te, matlab sandi position hai ehe. Theek hai? Okay. And immediately to our left is the tourist information office. Immediately to our left, je sada muh idhar hai ta right hand sada idhar hai, left hand idhar hai, ta immediately sade left te ki hai, tourist information hai. Chup karke mera answer aa gaya F, kyunki sade left te ahi hai. Us aur car park mere dimag ch hai. Yes, go here if you need any questions answered. Je tusi kuch vi puchna itthe ja ke pucho. Car park dasso kithe hai. They'll be happy to help.
And of course, behind the tourist office is the car park where... Behind the office, ਇਹਦੇ ਪਿੱਛੇ ਕਾਰ ਪਾਰਕ ਹੈ ਤਾਂ ਇਹਦਾ ਬਿਹਾਈਂਡ ਕਿਹੜਾ ਹੋ ਗਿਆ? ਆਹਾ ਓਬਵੀਅਸਲੀ ਜੇ ਤੁਹਾਨੂੰ ਲੱਗੋ ਇਹ ਬਿਹਾਈਂਡ ਹੈ, ਨਹੀਂ ਇਹਨੂੰ ਬਿਸਾਈਡ ਕਹਿੰਦੇ ਨੇ, ਇਹ ਬਿਸਾਈਡ ਹੁੰਦਾ, ਠੀਕ ਹੈ? ਬਿਹਾਈਂਡ ਆ ਹੈ ਤਾਂ ਆ ਲੋ ਜੀ ਮੇਰਾ ਬੀ ਤੋਂ ਬਾਅਦ ਐਸ ਤੋਂ ਬਾਅਦ ਆ ਗਿਆ ਜੀ, ਮਤਲਬ ਕੀ ਹੋ ਗਿਆ? ਕਾਰ ਪਾਰਕ ਵੇਅਰ ਦਾ ਕੋਚ ਡ੍ਰੌਪਡ ਯੂ ਆਫ ਐਂਡ ਹੀ ਵਿਲ ਆਲਸੋ ਪਿਕ ਯੂ ਅਪ ਫਰਮ ਦਾ ਸੇਮ ਸਪਾਟ ਐਟ 5 ਪੀਐਮ ਟੂਡੇ, ਮਤਲਬ ਇੰਨੇ ਵਜੇ ਇਹਨੇ ਤੋਂ ਚੱਕ ਲੈਣਗੇ, ਮਤਲਬ ਪਹਿਲਾ ਆਨਸਰ ਲੈਫਟ ਸਾਈਡ ਦੀ ਐਫ, ਦੂਜਾ ਜੀ। In front of us are the water gardens. If you scroll through, you get to the North Bridge, which is the entrance to Besley Castle. Take your time and enjoy looking around the castle. There is a lot of history steeped in those walls. As you leave the castle via the South Bridge, you'll be greeted with the sight of roaming deer. During the day, ਜਿਹੜੇ ਹਿਰਨ ਘੁੰਮਦੇ ਹੋਏ ਦੇਖਣਗੇ ਜਦੋਂ ਸਾਊਥ ਬ੍ਰਿਜ ਚੋਂ ਤੁਸੀਂ ਪਾਰ ਕਰਕੇ। ਹੁਣ ਆਪਾਂ ਇਸ ਟਾਈਮ ਡੀਅਰ ਪਾਰਕ ਤੇ ਇੱਥੇ ਆਪਣਾ ਫੇਸ ਹੈ, ਠੀਕ ਹੈ? ਆਹ ਸਾਡਾ ਲੈਫਟ ਹੈ, ਆਹ ਸਾਡਾ ਰਾਈਟ ਹੈ, ਕਿਉਂਕਿ ਮੈਂ ਜਦੋਂ ਐਵੇਂ ਖੜਾ, ਠੀਕ ਹੈ? ਹੁਣ ਮਿਊਜ਼ੀਅਮ ਕਿੱਥੇ ਹੈ? There will be scheduled feeding opportunities where visitors can get involved. However, we do request that you do not feed the deer outside these times. To the right of the deer park is the castle museum. Deer park de right te, right bro aa reya ta right aa gaya D. Accurate answer, museum. Picnic area kithe hai? And behind that is our award-winning restaurant. Award-winning restaurant, itho sane kuch nahi lena, sanu picnic area lapa do. It's a relatively new addition to the castle grounds, but is fast gaining a reputation for its food. Alternatively, you can choose to dine in the picnic area on the other side of the deer park. Other side of the deer park, the other side aa gayi ta definitely deer park aa gaya. Bhi te gal khatam. Last reh gaya gift shop. It's perfect for the family as it's next to the kids' play area and homemade ice cream hut. We hope that on your way out, you pop into the gift shop by the exit for... Exit to jaungi, alo ji, aap ya, tanu mil gaya, answer aa gaya, H. Overall, samjh lo, inni ki gal hai, entrance, main blue color karta hai nu. Entrance se siga main, entrance to bilkul left side mere naal dina mainu tourist information milya, te tourist information de behind mainu aa milya. ਉਸ ਤੋਂ ਬਾਅਦ ਸਿੱਧਾ ਮੈਂ ਇਹ ਗਾਰਡਨਸ ਚੋਂ ਗਿਆ, ਨੌਰਥ ਬ੍ਰਿਜ ਤੋਂ ਕੈਸਲ, ਕੈਸਲ ਤੋਂ ਸਾਊਥ ਬ੍ਰਿਜ, ਡੀਅਰ ਪਾਰਕ, ਡੀਅਰ ਬਾਈਕ ਦੇ ਰਾਈਟ ਸਾਈਡ ਤੇ ਮੈਨੂੰ ਮਿਲ ਗਿਆ ਮਿਊਜ਼ੀਅਮ, ਤੇ ਉਹਦੇ ਲੈਫਟ ਸਾਈਡ ਤੇ ਮਿਲ ਗਿਆ ਮੈਨੂੰ ਪਿਕਨਿਕ ਏਰੀਆ, ਉਹਦੇ ਆਈਸਕ੍ਰੀਮ ਖਾਧੀ, ਜਦੋਂ ਕਹਿੰਦਾ ਗਿਫਟ ਸ਼ੋਪ ਐਂਡ ਕਰਨਾ ਤਾਂ ਬਾਬੇ ਐਚ ਇਦੋਂ ਵਧੀਆ ਕੀ ਹੋ ਸਕਦਾ? ਤੁਸੀਂ ਇਹ ਦੇਖੋ, ਕਾਟੇ ਮਾਟੇ ਤੁਹਾਡੀ ਜ਼ਿੰਦਗੀ ਹੈ, ਇਹ ਗੱਲ ਦਿਮਾਗ 'ਚ ਰੱਖ ਲਿਓ। ਜੇ ਤੁਹਾਨੂੰ ਲੱਗਦਾ ਵੀ ਹਾਂ ਰਮਨ ਸਾਨੂੰ ਤੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ, ਮੈਂ ਔਨਲਾਈਨ ਕਲਾਸਿਸ ਵੀ ਪੜ੍ਹਾਉਂਦਾ, ਆਹ ਕੰਟੈਕਟ ਨੰਬਰ ਇੱਥੇ ਨਹੀਂ ਹੋਣਾ, ਇੱਥੇ ਹੋਊਗਾ, ਮੈਂ ਤੁਹਾਨੂੰ ਦੱਸ ਦੇਣਾ ਕਿੱਥੇ ਹੈ। ਕੋਈ ਵੀ ਸਟੂਡੈਂਟ ਇਹਨਾਂ ਨੰਬਰ ਦੇ ਉੱਤੇ
8877 8996 ਤੁਸੀਂ ਡੈਫੀਨੇਟਲੀ ਇਹਨਾਂ ਨੰਬਰ 'ਤੇ ਮੈਸੇਜ ਕਰਕੇ ਮੇਰੀ ਔਨਲਾਈਨ ਕਲਾਸ ਨੂੰ ਜੁਆਇਨ ਕਰ ਸਕਦੇ ਹੋ ਅਤੇ ਮੇਰੀ ਬੇਬੀ ਕੋਡ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ। ਇਸ ਐਪਲੀਕੇਸ਼ਨ 'ਤੇ ਮੇਰਾ ਪ੍ਰੋਮੋ ਕੋਡ ਯੂਜ਼ ਹੋਏਗਾ Raman0007। ਵੀਡੀਓ ਦੇ ਡਿਸਕ੍ਰਿਪਸ਼ਨ 'ਚ ਲਿੰਕ ਪਿਆ, ਪ੍ਰੋਮੋ ਕੋਡ ਫਿੱਲ ਹੈ। ਅਨਲਿਮਿਟਡ ਐਕਸੈਸ ILC ਨੰਬਰ 1 ਐਪਲੀਕੇਸ਼ਨ ਹੈ, ਜਿੱਥੇ ਮਰਜ਼ੀ ਤਿਆਰੀ ਕਰੋ, ਭਾਵੇਂ ਮੇਰੇ ਕੋਲੋਂ ਕਰੋ, ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਿਓ। ਸਾਰੇ ਮੋਡਿਊਲਸ ਮਿਲਣਗੇ ਅਤੇ ਮੇਰੀ ਬੁੱਕ ਵੀ ਇਸੇ ਪਲੈਟਫਾਰਮ 'ਤੇ ਮਿਲੂਗੀ। ਥੈਂਕ ਯੂ ਵੈਰੀ ਮੱਚ। ਕੋਈ ਗਲਤੀ ਹੋਈ ਹੋਵੇ ਮਾਫ਼ ਕਰਿਓ, ਪਰ ਐਵੇਂ ਦੀਆਂ ਵੀਡੀਓਜ਼ ਦੇ ਲਈ ਹਮੇਸ਼ਾ ਪਿਆਰ ਦਿੰਦੇ ਰਹੀਓ ਅਤੇ ਰਮਨ ਸ਼ਰਮਾ ਆਲਵੇਜ਼ ਅਵੇਲੇਬਲ। ਲਵ ਯੂ। ਵੀਡੀਓ ਚੰਗਾ ਲੱਗਿਆ ਤਾਂ ਕਮੈਂਟ ਜ਼ਰੂਰ ਕਰਕੇ ਦੱਸਿਓ। ਥੈਂਕ ਯੂ ਐਵਰੀਵਨ।